ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਇਕਤਦਾਰ ਚੀਮਾ। ਮੈਨੂੰ ਬਹੁਤ ਸਾਰੇ ਮਿੱਤਰਾਂ ਨੇ ਫੇਸਬੁੱਕ 'ਤੇ ਅਤੇ ਵਟਸਐਪ 'ਤੇ ਪੁੱਛਿਆ ਕਿ ਜਿਹੜੀਆਂ ਯੂਨਾਈਟਿਡ ਨੇਸ਼ਨਸ ਦੇ ਫੇਥ ਫੋਰ ਰਾਈਟਸ ਡੈਕਲੇਰੇਸ਼ਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ 3 ਤੁੱਕਾਂ ਦਾ ਮੈਂ ਜ਼ਿਕਰ ਕੀਤਾ, ਉਹ ਕਿਹੜੀਆਂ 3 ਤੁੱਕਾਂ ਹਨ? ਵੈਸੇ ਤਾਂ ਇਹ ਆ ਕਿ ਅਗਰ ਤੁਸੀਂ ਗੂਗਲ ਕਰੋ ਯੂਨਾਈਟਿਡ ਨੇਸ਼ਨਸ ਫੇਥ ਫੋਰ ਰਾਈਟਸ ਡੈਕਲੇਰੇਸ਼ਨ, ਅਤੇ ਤੁਹਾਨੂੰ ਪੂਰਾ ਉਹ ਦਸਤਾਵੇਜ਼ ਮਿਲ ਜਾਏਗਾ। ਅਤੇ ਉਹਦੇ 'ਚ ਆਪ ਜੀ ਦੇ ਦਾਸ ਦੀ ਉਹਨਾਂ ਨੇ ਫੋਟੋ ਵੀ ਲਾਈ ਹੈ ਨਾਲ, ਯੂਨਾਈਟਿਡ ਨੇਸ਼ਨਸ ਨੇ। ਉਹਦੇ 'ਚ ਉਹ 3 ਤੁੱਕਾਂ ਮਿਲ ਜਾਣਗੀਆਂ। ਪਰ ਬਹੁਤ ਸਾਰੇ ਦੋਸਤਾਂ ਨੇ ਰਾਬਤਾ ਕੀਤਾ ਕਿ ਮੈਂ ਇੱਕ ਛੋਟੀ ਜਿਹੀ ਸ਼ਾਰਟ ਵੀਡੀਓ ਇਹਦੇ ਬਾਰੇ ਰਿਲੀਜ਼ ਕਰਾਂ ਕਿ ਥੋੜ੍ਹਾ ਜਿਹਾ। ਵੈਸੇ ਤਾਂ ਇਹ ਆ ਕਿ ਬਹੁਤ ਸਾਰੇ ਇੱਥੇ ਪਹਿਲਾਂ ਸ਼ੋਅ ਹੋਏ ਆ, ਮੁਖਤਲਿਫ ਲੋਕਾਂ ਨੇ ਉਹਦਾ ਜ਼ਿਕਰ ਵੀ ਕੀਤਾ ਉਹਨਾਂ 3 ਤੁੱਕਾਂ ਦਾ, ਪਰ ਲੋਕਾਂ ਨੇ ਕਿਹਾ ਕਿ ਤੁਸੀਂ ਖੁਦ ਇਹਦੇ ਬਾਰੇ ਕੋਈ ਥੋੜ੍ਹਾ ਜਿਹਾ ਦੱਸੋ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਯੂਨਾਈਟਿਡ ਨੇਸ਼ਨਸ ਨੇ ਇੱਕ ਨਵਾਂ ਚਾਰਟਰ ਫੇਥ ਫੋਰ ਰਾਈਟਸ ਦੇ ਨਾਂ ਨਾਲ ਬਣਾਇਆ, ਜਿਹਦਾ ਮਕਸਦ ਇਹ ਸੀ ਕਿ ਮਨੁੱਖੀ ਅਧਿਕਾਰਾਂ ਦੀ ਕਿਸ ਤਰ੍ਹਾਂ ਰਾਖੀ ਧਾਰਮਿਕ ਆਗੂ ਅਤੇ ਧਰਮ ਕਰ ਸਕਦੇ ਨੇ। ਸੋ ਉਹਦੀ ਜਿਹੜੀ ਡਰਾਫਟ ਕਮੇਟੀ ਸੀ ਉਹਨੂੰ ਮੈਂ ਚੇਅਰ ਕਰਦਾ ਸੀ। ਸੋ ਜਦੋਂ ਡਰਾਫਟ ਸਾਡੇ ਸਾਹਮਣੇ ਆਇਆ ਤਾਂ ਉਹਦੇ ਵਿੱਚ, ਕਿਉਂਕਿ ਯੂਨਾਈਟਿਡ ਨੇਸ਼ਨਸ ਜਿਹੜੀ ਆ ਉਹ ਲੋਕਾਂ ਦੀ ਆਗੂ ਨਹੀਂ ਹੈਗੀ, ਉਹ ਮੁਲਕਾਂ ਦੀ ਆਗੂ ਹੈ। ਸੋ ਜਿਹੜੇ ਦੇਸ਼ਾਂ ਦਾ ਤਾਂ ਰਾਜ ਹੈ ਉਹਨਾਂ ਨੇ ਆਪਣੇ ਆਪਣੇ ਧਰਮ ਦੀਆਂ ਕੋਰਟਸ ਉਹ 'ਚ ਪਾਈਆਂ, ਕੁਰਾਨ ਦੀਆਂ ਕੋਰਟਸ ਮੌਜੂਦ ਸੀ, ਤੁਰਾਤ ਦੀਆਂ ਤੋਰਾ ਦੀਆਂ ਕੋਰਟਸ ਮੌਜੂਦ ਸੀ, ਬਾਈਬਲ ਦੀਆਂ ਸਨ। ਸੋ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਨਹੀਂ ਸਨ। ਸੋ ਮੈਂ ਕਿਹਾ ਵੀ ਸਿੱਖੀ ਬੇਸ਼ੱਕ ਇਸ ਵੇਲੇ ਯੂਨਾਈਟਿਡ ਨੇਸ਼ਨ ਦੀ ਕੋਈ ਵੀ ਮੈਂਬਰ ਸਟੇਟ ਸਿੱਖਾਂ ਦੀ ਨਹੀਂ, ਪਰ ਸਿੱਖੀ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਔਰ ਗੁਰੂ ਗ੍ਰੰਥ ਸਾਹਿਬ, ਜਗਤ ਗੁਰੂ ਨੇ ਇਸ ਵਾਸਤੇ ਹਰ ਸੂਰਤ ਗੁਰੂ ਗ੍ਰੰਥ ਸਾਹਿਬ ਨੂੰ ਇਸ ਚਾਰਟਰ 'ਚ ਦਰਜ ਹੋਣਾ ਚਾਹੀਦਾ। ਸੋ ਮੈਂ 4 ਤੁੱਕਾਂ ਯੂਨਾਈਟਿਡ ਨੇਸ਼ਨਸ ਨੂੰ ਸੁਜੈਸਟ ਕੀਤੀਆਂ ਸੀ, ਪਰ ਉਹਨਾਂ ਨੇ 3 ਤੁੱਕਾਂ ਜਿਹੜੀਆਂ ਨੇ ਉਹ ਯੂਨਾਈਟਿਡ ਨੇਸ਼ਨਸ ਦੇ ਫੇਥ ਫੋਰ ਰਾਈਟ ਡੈਕਲੇਰੇਸ਼ਨ ਦਰਜ ਕੀਤੀਆਂ ਨੇ। ਅਤੇ ਉਹ 3 ਤੁੱਕਾਂ ਜਿਹੜੀਆਂ ਨੇ, ਇੱਕ ਤਾਂ ਹੈ ਹੁਣ ਹੁਕਮ ਹੁਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਝਾਣ ਦਾ, ਸਭ ਸੁਖਾਲੀ ਉੱਠਿਆ ਇਹੋ ਹੁਆ ਹਲੀਮੀ ਰਾਜ ਜੀਓ। ਇਹ ਗੁਰੂ ਗ੍ਰੰਥ ਸਾਹਿਬ ਦਾ ਪੰਨਾ 74 ਜਿਹਦੇ ਵਿੱਚ ਹਲੀਮੀ ਰਾਜ ਦੀ ਗੱਲ ਕੀਤੀ ਗਈ ਹੈ। ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ ਤਾਂ ਇਸੇ ਹਲੀਮੀ ਰਾਜ ਤੋਂ ਹੀ ਸਾਡੇ ਸਿੱਖ ਰਾਜ ਦੀ ਗੱਲ ਚੱਲਦੀ ਹੈ। ਫਿਰ ਜਦੋਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਤੀਵੀਆਂ ਦੇ ਹੱਕ ਦੀ ਗੱਲ ਸੀ, ਫੇਥ ਫੋਰ ਰਾਈਟ ਡੈਕਲੇਰੇਸ਼ਨ ਦੀ, ਅਤੇ ਉਹਦੇ ਵਿੱਚ ਮੈਂ ਜਿਹੜੀ ਗੁਰੂ ਗ੍ਰੰਥ ਸਾਹਿਬ ਪੰਨਾ 473 ਹੈ, ਭੰਡ ਜੰਮੀਏ ਭੰਡ ਨਿੰਮੀਏ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ, ਭੰਡ ਮੂਵਾ ਭੰਡ ਪਾ ਲੀਏ, ਭੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਏ, ਜਿੱਤ ਜੰਮੇ ਰਾਜਾਨ। ਸੋ ਇੰਨੀ ਕੰਪਰੀਹੈਂਸਿਵਲੀ ਜਿਹੜਾ ਵੂਮਨ ਰਾਈਟਸ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਉਹ ਵੀ ਅਸਾਂ ਫੇਥ ਫੋਰ ਰਾਈਟ ਡੈਕਲੇਰੇਸ਼ਨ 'ਚ ਦਰਜ ਕਰਾਈ। ਤੀਸਰੀ ਜਿਹੜੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫੇਥ ਫੋਰ ਰਾਈਟ ਡੈਕਲੇਰੇਸ਼ਨ ਦਰਜ ਹੈ, ਉਹ ਹੈ ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਖ ਕੋ ਲਾਗੇ ਤੁਲ ਪਵਾਨ। ਸੋ ਇਹ ਗੁਰੂ ਗ੍ਰੰਥ ਸਾਹਿਬ ਦੀਆਂ 3 ਤੁੱਕਾਂ ਜਿਹੜੀਆਂ ਨੇ ਯੂਨਾਈਟਿਡ ਨੇਸ਼ਨਸ ਦੇ ਫੇਥ ਫੋਰ ਰਾਈਟ ਡੈਕਲੇਰੇਸ਼ਨ ਦਰਜ ਨੇ। ਅਸਾਂ ਇਹ ਵੀ ਕੋਸ਼ਿਸ਼ ਕੀਤੀ ਕਿ ਯੂਨਾਈਟਿਡ ਨੇਸ਼ਨਸ ਇਹਦਾ, ਕਿਉਂਕਿ ਪੂਰਾ ਜਿਹੜਾ ਡਾਕੂਮੈਂਟ ਹੈ ਉਹ ਫਰੈਂਚ ਦੇ ਵਿੱਚ ਵੀ ਹੈ, ਅਰਬੀ 'ਚ ਵੀ ਹੈ। ਸੋ ਗੁਰੂ ਗ੍ਰੰਥ ਸਾਹਿਬ ਹੁਣ ਯੂਨਾਈਟਿਡ ਨੇਸ਼ਨਸ ਦੇ ਜਿੰਨੇ 193 ਮੈਂਬਰ ਸਟੇਟਸ ਨੇ ਉਹਨਾਂ ਸਾਰੀਆਂ ਦੇ ਵਿੱਚ ਫਰੈਂਚ ਅਰਬੀ ਟ੍ਰਾਂਸਲੇਸ਼ਨ ਦੇ ਨਾਲ ਇਹ 3 ਤੁੱਕਾਂ ਜਿਹੜੀਆਂ ਹੈ ਮਹਾਰਾਜ ਦੀ ਆਪਣੀ ਕਿਰਪਾ ਅਤੇ ਬਖਸ਼ਿਸ਼ ਸਦਕਾ ਪਹੁੰਚੀਆਂ ਨੇ।
ਸੋ ਮੈਨੂੰ ਬਹੁਤ ਸਾਰੇ ਦੋਸਤਾਂ ਨੇ ਕਿਹਾ ਕਿ ਇਹਨਾਂ ਤਿੰਨਾਂ ਤੁੱਕਾਂ ਦੇ ਬਾਰੇ ਦੱਸਿਆ ਜਾਏ। ਇਸ ਵਾਸਤੇ ਮੈਂ ਇਹ ਛੋਟਾ ਜਿਹਾ ਇੱਕ ਸੁਨੇਹਾ ਪਹੁੰਚਾ ਰਿਹਾ ਵਾਂ। ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸੁਨੇਹੇ ਨੂੰ ਆਪੀ ਵੀ ਸਮਝੀਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਇੱਕ ਗਲੋਬਲ ਯੂਨੀਵਰਸਲ ਮੈਸੇਜ ਹੈ, ਇਹਨੂੰ ਦੁਨੀਆ ਤੱਕ ਲੈ ਕੇ ਦੇਸ਼ਾਂ ਦੇਸ਼ਾਂ ਤੱਕ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।